ਹੁਣ ਹਿਮਾਚਲ ਤੋਂ ਆ ਰਹੀਆਂ ਕਾਰਾਂ ਦੀ ਪੰਜਾਬ ਦੇ ਵਿੱਚ ਭੰਨ ਤੋੜ ਕੀਤੀ ਗਈ। ਨੌਜਵਾਨਾਂ ਨੇ ਕਾਰਾਂ ਨੂੰ ਰੋਕਿਆ ਤੇ ਕਾਰ ਸਵਾਰਾਂ ਦੀ ਕੁੱਟਮਾਰ ਕੀਤੀ, ਇੱਥੋਂ ਤੱਕ ਕਾਰ ਦੇ ਸ਼ੀਸ਼ੇ ਵੀ ਭੰਨ ਦਿੱਤੇ ਗਏ। ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਪਰਚਾ ਦਰਜ ਕੀਤਾ ਗਿਆ ਤਾਂ ਆਖਿਰਕਾਰ ਪੁਲਿਸ ਦੇ ਵੱਲੋਂ ਉਹ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਨੇ ਇਹਨਾਂ ਕਾਰਾਂ ਦੀ ਭੰਨ ਤੋੜ ਕੀਤੀ ਸੀ। ਰੂਪਨਗਰ ਦੇ ਭਾਰਤਗੜ੍ਹ ਦੇ ਵਿੱਚ ਇਹਨਾਂ ਨੌਜਵਾਨਾਂ ਦੇ ਵੱਲੋਂ ਕਾਰਾਂ ਦੀ ਭੰਨ ਤੋੜ ਕੀਤੀ ਸੀ। ਉਹ ਕਾਰਾਂ ਜੋ ਹਿਮਾਚਲ ਪ੍ਰਦੇਸ਼ ਤੋਂ ਆ ਰਹੀਆਂ ਸੀ। ਕੀਰਤਪੁਰ ਸਾਹਿਬ ਦੀ ਪੁਲਿਸ ਦੇ ਵੱਲੋਂ ਇਹ ਵੱਡਾ ਐਕਸ਼ਨ ਕੀਤਾ ਗਿਆ। ਪੁਲਿਸ ਦੁਆਰਾ ਗ੍ਰਿਫਤਾਰ ਕੀਤੇ ਗਏ ਚਾਰ ਨੌਜਵਾਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਤੇ ਇੱਕ ਦਿਨ ਦਾ ਰਿਮਾਂਡ ਹਾਸਲ ਹੋਇਆ। ਕਾਰ ਦੇ ਚਾਲਕਾਂ ਦੇ ਨਾਲ ਕੁੱਟਮਾਰ ਕੀਤੀ ਗਈ ਸੀ, ਜਿਸ ਦਾ ਪਤਾ ਚੱਲਦਿਆਂ ਮੌਕੇ ਤੇ ਕੀਰਤਪੁਰ ਸਾਹਿਬ ਦੀ ਪੁਲਿਸ ਦੇ ਵੱਲੋਂ ਚਾਰ ਨੌਜਵਾਨਾਂ ਨੂੰ ਮੌਕੇ ਤੋਂ ਕਾਬੂ ਕੀਤਾ ਗਿਆ ਜੋ ਕਿ ਸ਼ਰਾਬ ਦੇ ਨਾਲ ਡੱਕੇ ਹੋਏ ਸੀ। ਗ੍ਰਿਫਤਾਰ ਕੀਤੇ ਗਏ ਚਾਰੇ ਨੌਜਵਾਨਾਂ ਤੇ ਕੀਰਤਪੁਰ ਸਾਹਿਬ ਦੀ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ। ਦੱਸ ਦਈਏ ਕਿ ਇਹਨੇ ਦਿਨੀ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦਾ ਮੁੱਦਾ ਭਖਿਆ ਹੋਇਆ ਹੈ। ਕੰਗਣਾ ਥੱਪੜਕਾਂਡ ਤੋਂ ਬਾਅਦ ਦੋਵੇਂ ਸੂਬੇ ਆਹਮੋ ਸਾਹਮਣੇ ਨੇ ਔਰ ਇਹਨਾਂ ਲੋਕਾਂ ਦੇ ਵੱਲੋਂ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਵੀ ਕੀਤੀ ਜਾਂਦੀ ਹੈ। ਜਿਸ ਤੋਂ ਬਾਅਦ ਇੱਕ ਸਪੈਨਿਸ਼ ਜੋੜਾ ਉਹ ਵੀ ਸਾਹਮਣੇ ਆਇਆ ਸੀ ਜਿਨ੍ਹਾਂ ਦੇ ਵੱਲੋਂ ਕੁੱਟਮਾਰ ਦੇ ਇਲਜ਼ਾਮ ਲਗਾਏ ਗਏ ਸੀ। ਉਸ ਤੋਂ ਬਾਅਦ ਹਿਮਾਚਲ ਦੇ ਇੱਕ ਹੋਟਲ ਦੇ ਵਿੱਚ ਪੰਜਾਬੀਆਂ ਦੀਆਂ ਕਾਰਾਂ ਭੰਨੀਆਂ ਗਈਆਂ ਸੀ ਤਾਂ ਹੁਣ ਹਿਮਾਚਲ ਤੋਂ ਆ ਰਹੀਆਂ ਕਾਰਾਂ ਦੀ ਭਾਰਤਗੜ੍ਹ ਦੇ ਵਿੱਚ ਭੰਨ ਤੋੜ ਕੀਤੀ ਗਈ। ਕਾਰ ਚਾਲਕਾਂ ਨੂੰ ਕੁੱਟਿਆ ਗਿਆ। ਕਾਰ ਚਾਲਕਾਂ ਦੀ ਸ਼ਿਕਾਇਤ ਉੱਪਰ ਪੁਲਿਸ ਦੇ ਵੱਲੋਂ ਪਰਚਾ ਦਰਜ ਕਰਕੇ ਇਹਨਾਂ ਚਾਰ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਦੀ ਭਾਰਤਗੜ੍ਹ ਦੇ ਏਰੀਆ ਦੇ ਵਿੱਚ ਕੁਛ ਨੌਜਵਾਨਾਂ ਨੇ ਹਾਈਵੇ 'ਤੇ ਗੱਡੀਆਂ ਭੰਨੀਆਂ ਸੀਗੀਆਂ, ਜਿਹੜੀ ਗੱਡੀਆਂ ਘੇਰ ਕੇ ਭੰਨੀਆਂ ਗਈਆਂ ਸੀ, ਸ਼ੀਸ਼ੇ ਭੰਨੇ ਗਏ ਸੀ ਉਹਨਾਂ ਦੇ। ਸੋ ਇਹ ਕੱਲ੍ਹ ਸ਼ਾਮ ਨੂੰ ਜਿਹੜੀ ਗੱਡੀ ਚਾਲਕ ਹੈਗੇ ਆ ਉਹਨਾਂ ਦੇ ਬਿਆਨ 'ਤੇ ਪਰਚਾ ਦਰਜ ਕੀਤਾ ਗਿਆ। ਕਰੀਬ ਉਹਨਾਂ ਨੇ 8-10 ਨਾਮ ਨੂੰ ਵਿਅਕਤੀ ਲਿਖਵਾਏ ਹੈਗੇ ਅਤੇ ਉਹਨਾਂ 'ਚੋਂ ਚਾਰ ਬੰਦੇ ਆਈਡੈਂਟੀਫਾਈ ਕਰਕੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਅਤੇ ਬਾਕੀਆਂ ਦੀ ਭਾਲ ਜਾਰੀ ਹੈ। ਇਹਨਾਂ 'ਚੋਂ ਚਾਰ ਬੰਦਿਆਂ ਨੂੰ ਜਿਹੜੇ ਕੱਲ੍ਹ ਅਰੈਸਟ ਕੀਤੇ ਗਏ ਹੈਗੇ ਉਹਨਾਂ ਨੂੰ ਅੱਜ ਕੋਰਟ 'ਚ ਪੇਸ਼ ਕੀਤਾ ਗਿਆ ਅਤੇ ਅਦਾਲਤ ਵੱਲੋਂ ਉਹਨਾਂ ਦਾ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਅਤੇ ਜਿਹੜੇ ਵੈਪਨ ਹੈਗੇ ਆ ਜਿਨ੍ਹਾਂ ਨਾਲ ਤੋੜ ਭੰਨ ਕੀਤੀ ਹੈ ਉਹਨਾਂ ਤੋਂ ਬਰਾਮਦ ਕਰਾਏ ਜਾਣਗੇ ਅਤੇ ਅਗਲੀ ਇਨਵੈਸਟੀਗੇਸ਼ਨ ਜਾਰੀ ਹੈ। ਹੁਣ ਹਿਮਾਚਲ ਤੋਂ ਆ ਰਹੀਆਂ ਕਾਰਾਂ ਦੀ ਪੰਜਾਬ ਦੇ ਵਿੱਚ ਭੰਨ ਤੋੜ ਕੀਤੀ ਗਈ। ਨੌਜਵਾਨਾਂ ਨੇ ਕਾਰਾਂ ਨੂੰ ਰੋਕਿਆ ਤੇ ਕਾਰ ਸਵਾਰਾਂ ਦੀ ਕੁੱਟਮਾਰ ਕੀਤੀ, ਇੱਥੋਂ ਤੱਕ ਕਾਰ ਦੇ ਸ਼ੀਸ਼ੇ ਵੀ ਭੰਨ ਦਿੱਤੇ ਗਏ। ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਪਰਚਾ ਦਰਜ ਕੀਤਾ ਗਿਆ ਤਾਂ ਆਖਿਰਕਾਰ ਪੁਲਿਸ ਦੇ ਵੱਲੋਂ ਉਹ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਨੇ ਇਹਨਾਂ ਕਾਰਾਂ ਦੀ ਭੰਨ ਤੋੜ ਕੀਤੀ ਸੀ। ਰੂਪਨਗਰ ਦੇ ਭਾਰਤਗੜ੍ਹ ਦੇ ਵਿੱਚ ਇਹਨਾਂ ਨੌਜਵਾਨਾਂ ਦੇ ਵੱਲੋਂ ਕਾਰਾਂ ਦੀ ਭੰਨ ਤੋੜ ਕੀਤੀ ਸੀ। ਉਹ ਕਾਰਾਂ ਜੋ ਹਿਮਾਚਲ ਪ੍ਰਦੇਸ਼ ਤੋਂ ਆ ਰਹੀਆਂ ਸੀ। ਕੀਰਤਪੁਰ ਸਾਹਿਬ ਦੀ ਪੁਲਿਸ ਦੇ ਵੱਲੋਂ ਇਹ ਵੱਡਾ ਐਕਸ਼ਨ ਕੀਤਾ ਗਿਆ। ਪੁਲਿਸ ਦੁਆਰਾ ਗ੍ਰਿਫਤਾਰ ਕੀਤੇ ਗਏ ਚਾਰ ਨੌਜਵਾਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਤੇ ਇੱਕ ਦਿਨ ਦਾ ਰਿਮਾਂਡ ਹਾਸਲ ਹੋਇਆ। ਕਾਰ ਦੇ ਚਾਲਕਾਂ ਦੇ ਨਾਲ ਕੁੱਟਮਾਰ ਕੀਤੀ ਗਈ ਸੀ, ਜਿਸ ਦਾ ਪਤਾ ਚੱਲਦਿਆਂ ਮੌਕੇ ਤੇ ਕੀਰਤਪੁਰ ਸਾਹਿਬ ਦੀ ਪੁਲਿਸ ਦੇ ਵੱਲੋਂ ਚਾਰ ਨੌਜਵਾਨਾਂ ਨੂੰ ਮੌਕੇ ਤੋਂ ਕਾਬੂ ਕੀਤਾ ਗਿਆ ਜੋ ਕਿ ਸ਼ਰਾਬ ਦੇ ਨਾਲ ਡੱਕੇ ਹੋਏ ਸੀ। ਗ੍ਰਿਫਤਾਰ ਕੀਤੇ ਗਏ ਚਾਰੇ ਨੌਜਵਾਨਾਂ ਤੇ ਕੀਰਤਪੁਰ ਸਾਹਿਬ ਦੀ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ। ਦੱਸ ਦਈਏ ਕਿ ਇਹਨੇ ਦਿਨੀ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦਾ ਮੁੱਦਾ ਭਖਿਆ ਹੋਇਆ ਹੈ। ਕੰਗਣਾ ਥੱਪੜਕਾਂਡ ਤੋਂ ਬਾਅਦ ਦੋਵੇਂ ਸੂਬੇ ਆਹਮੋ ਸਾਹਮਣੇ ਨੇ ਔਰ ਇਹਨਾਂ ਲੋਕਾਂ ਦੇ ਵੱਲੋਂ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਵੀ ਕੀਤੀ ਜਾਂਦੀ ਹੈ। ਜਿਸ ਤੋਂ ਬਾਅਦ ਇੱਕ ਸਪੈਨਿਸ਼ ਜੋੜਾ ਉਹ ਵੀ ਸਾਹਮਣੇ ਆਇਆ ਸੀ ਜਿਨ੍ਹਾਂ ਦੇ ਵੱਲੋਂ ਕੁੱਟਮਾਰ ਦੇ ਇਲਜ਼ਾਮ ਲਗਾਏ ਗਏ ਸੀ। ਉਸ ਤੋਂ ਬਾਅਦ ਹਿਮਾਚਲ ਦੇ ਇੱਕ ਹੋਟਲ ਦੇ ਵਿੱਚ ਪੰਜਾਬੀਆਂ ਦੀਆਂ ਕਾਰਾਂ ਭੰਨੀਆਂ ਗਈਆਂ ਸੀ ਤਾਂ ਹੁਣ ਹਿਮਾਚਲ ਤੋਂ ਆ ਰਹੀਆਂ ਕਾਰਾਂ ਦੀ ਭਾਰਤਗੜ੍ਹ ਦੇ ਵਿੱਚ ਭੰਨ ਤੋੜ ਕੀਤੀ ਗਈ। ਕਾਰ ਚਾਲਕਾਂ ਨੂੰ ਕੁੱਟਿਆ ਗਿਆ। ਕਾਰ ਚਾਲਕਾਂ ਦੀ ਸ਼ਿਕਾਇਤ ਉੱਪਰ ਪੁਲਿਸ ਦੇ ਵੱਲੋਂ
ਪਰਚਾ ਦਰਜ ਕਰਕੇ ਇਹਨਾਂ ਚਾਰ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹੀ ਭਰਤਗੜ੍ਹ ਦੇ ਏਰੀਆ ਦੇ ਵਿੱਚ ਕੁਛ ਨੌਜਵਾਨਾਂ ਨੇ ਹਾਈਵੇ 'ਤੇ ਗੱਡੀਆਂ ਭੰਨੀਆਂ ਸੀਗੀਆਂ, ਜਿਹੜੀ ਗੱਡੀਆਂ ਘੇਰ ਕੇ ਭੰਨੀਆਂ ਗਈਆਂ ਸੀ, ਸ਼ੀਸ਼ੇ ਭੰਨੇ ਗਏ ਸੀ ਉਹਨਾਂ ਦੇ। ਸੋ ਇਹ ਕੱਲ੍ਹ ਸ਼ਾਮ ਨੂੰ ਜਿਹੜੇ ਗੱਡੀ ਚਾਲਕ ਹੈਗੇ ਆ ਉਹਨਾਂ ਦੇ ਬਿਆਨ 'ਤੇ ਪਰਚਾ ਦਰਜ ਕੀਤਾ ਗਿਆ। ਕਰੀਬ ਉਹਨਾਂ ਨੇ 8-10 ਨਾਮ ਨੂੰ ਵਿਅਕਤੀ ਲਿਖਵਾਏ ਹੈਗੇ ਅਤੇ ਉਹਨਾਂ 'ਚੋਂ ਚਾਰ ਬੰਦੇ ਆਈਡੈਂਟੀਫਾਈ ਕਰਕੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਅਤੇ ਬਾਕੀਆਂ ਦੀ ਭਾਲ ਜਾਰੀ ਹੈ। ਇਹਨਾਂ 'ਚੋਂ ਚਾਰ ਬੰਦਿਆਂ ਨੂੰ ਜਿਹੜੇ ਕੱਲ੍ਹ ਅਰੈਸਟ ਕੀਤੇ ਗਏ ਹੈਗੇ ਉਹਨਾਂ ਨੂੰ ਅੱਜ ਕੋਰਟ 'ਚ ਪੇਸ਼ ਕੀਤਾ ਗਿਆ ਅਤੇ ਅਦਾਲਤ ਵੱਲੋਂ ਉਹਨਾਂ ਦਾ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਅਤੇ ਜਿਹੜੇ ਵੈਪਨ ਹੈਗੇ ਆ ਜਿਨ੍ਹਾਂ ਨਾਲ ਤੋੜ ਭੰਨ ਕੀਤੀ ਹੈ ਉਹਨਾਂ ਤੋਂ ਬਰਾਮਦ ਕਰਾਏ ਜਾਣਗੇ ਅਤੇ ਅਗਲੀ ਇਨਵੈਸਟੀਗੇਸ਼ਨ ਜਾਰੀ ਹੈ।